ਇਹ ਮਸੀਤ ਇਹ ਦੌਲੇ ਵਾਲੇ ਪਿੰਡ ਵਿੱਚ ਹੈ। ਇਹ ਬਹੁਤ ਪੁਰਾਣੀ ਮਸੀਤ ਹੈ। ਪਹਿਲਾਂ ਇੱਥੇ ਸਕੂਲ ਹੁੰਦਾ ਸੀਗਾ, ਨਿੱਕਾ ਸਕੂਲ, ਪ੍ਰਾਇਮਰੀ ਸਕੂਲ, ਅਤੇ ਇੱਥੇ ਬਰਾਤਾਂ ਵੀ ਠਹਿਰਦੀਆਂ ਸਨ। ਇਹ ਦੇਖੋ ਬਹੁਤ ਪੁਰਾਣੀ, ਬਹੁਤ ਪੁਰਾਤਨ, ਜਦੋਂ ਦਾ ਦੌਲੇ ਵਾਲਾ ਬਣਿਆ ਉਦੋਂ ਦੀ ਹੈ। ਕੋਟੀ ਸਿੱਖਾਂ ਸ਼ਹਿਰ ਦੇ ਨਾਲ ਸੰਬੰਧਿਤ ਹੈ। ਮਸੀਤਾਂ ਪਿੰਡ ਵੀ ਦੋ ਮਸੀਤਾਂ ਹਨ। ਦੌਲੇਵਾਲ ਵਿੱਚ ਵੀ ਇੱਕ ਬਹੁਤ ਵਧੀਆ ਹਾਲਤ ਵਿੱਚ ਮਸੀਤ ਪਈ ਹੈ। ਇੱਥੋਂ ਗਾਂ ਦੁਰਗਾਇਸ਼ ਆ, ਉੱਥੇ ਬਹੁਤ ਵੱਡੀਆਂ ਮਸੀਤਾਂ ਫਰਾਂਸੀਸੀ ਵਿਗਿਆਨੀਆਂ ਦੀ, ਫਰਾਂਸੀਸੀ ਮਾਹਰਾਂ ਨੇ ਬਣਾਈਆਂ ਹੋਈਆਂ, ਉਦੋਂ ਦੀ ਵਿਲੱਖਣ ਬਣੀਆਂ ਹੋਈਆਂ, ਬਹੁਤ ਉੱਚੀਆਂ। ਅਤੇ ਈਸਾ ਖਾਂ ਮੰਝ ਜਦੋਂ ਵੀ ਇੱਥੇ ਆਉਂਦਾ ਸੀ ਕੋਟੀ ਸਿੱਖਾਂ 6 ਮਹੀਨੇ ਰਹਿਣ ਵਾਸਤੇ, ਅਤੇ ਇੱਥੋਂ ਦੀ ਨਮਾਜ਼ ਅਦਾ ਕਰਨ ਵਾਸਤੇ ਦਰਗਾਹਿਸ਼ਾ ਜਾਂਦਾ ਸੀਗਾ। ਇਹ ਵੀ ਮਸੀਤ ਬਹੁਤ ਤਗੜੀ, ਬਹੁਤ ਪੁਰਾਣੀ ਆ। ਇੱਥੇ ਅਜੇ ਵੀ ਉਰਦੂ ਦੇ ਸ਼ਬਦ ਲਿਖੇ ਹੋਏ ਆ, ਰੰਗ ਲਿਖਿਆ ਹੋਇਆ, ਰੰਗ ਲੱਗਿਆ ਹੋਇਆ, ਰੰਗ ਲੱਥਾ ਨਹੀਂ ਗਾ। ਇਹ ਸੇਵਾ ਸੰਭਾਲ ਇਹ ਮੁੰਡੇ ਕਰਦੇ ਆ, ਬਹੁਤ ਵਧੀਆ ਸੇਵਾ ਸੰਭਾਲ ਇਹਨਾਂ ਦੇ ਜੁੰਮੇ ਆ। ਇਹਨਾਂ ਨੇ ਹੁਣ ਇਹਨਾਂ ਦੀ ਰਿਪੇਅਰ ਕਰਵਾਈ ਆ, ਬਹੁਤ ਜ਼ਿਆਦਾ ਵਧੀਆ ਬਣਾ ਦਿੱਤੀ ਆ, ਬਹੁਤ ਵਧੀਆ। ਇਹ ਮਸੀਤ ਪੁਰਾਤਨ ਮਸੀਤ, ਇੱਥੇ ਬਰਾਤਾਂ ਵੀ ਬੈਠਦੀਆਂ ਸਨ, ਅਤੇ ਇੱਥੇ ਸਕੂਲ ਵੀ ਬੱਚੇ ਪੜ੍ਹਦੇ ਸਨ। ਸਾਰਿਆਂ ਤੋਂ ਪਹਿਲਾਂ ਇਹ ਸਕੂਲ ਹੁੰਦਾ ਸੀਗਾ, ਦੌਲੇ ਵਾਲਾ ਪਿੰਡ, ਜ਼ਿਲ੍ਹਾ ਮੋਗਾ।